हे गाइस, वेलकम बैक टू माय चैनल। आज दी वीडियो च मैं दिखाऊंगी कि मैं पेंट कितना करती हाँ। तो थानू थोड़ा जहा जान के अजीब लगेगा कि मैं पार्ट टाइम पेंट भी करती हाँ घर च। तो हूँ मैं लगा के आई सी, पहला मैं शिफ्ट लगा के आई हूँ ऑफिस एडमिन। मैं ऑफिस एडमिन ही जॉब करती हाँ मेनली। तो जो मैं टाइम मिलता है तो मैं पेंटिंग भी करती हाँ घर के, ऐसा पार्ट टाइम वधिया पैसे बन जाते हैं। ਵੀ ਤੁਹਾਨੂੰ ਪਤਾ ਕਿ ਪੇਂਟ ਇੱਕ ਸਕਿੱਲ ਆ ਅਤੇ $25 to $30 ਆਰਾਮ ਨਾਲ ਮਿਲ ਜਾਂਦੇ ਨੇ। ਸੋ ਘਰਾਂ 'ਚ ਜਿਵੇਂ ਖਾਲੀ ਅਪਾਰਟਮੈਂਟਸ ਹੁੰਦੇ ਆ, ਕਿਸੇ ਵੀ ਟਾਈਪ 'ਚ ਪੇਂਟ ਹੁੰਦੇ ਆ, ਤਾਂ ਮੈਂ 2-3 ਘੰਟੇ ਰਾਤ ਨੂੰ ਜਿਵੇਂ ਕਿ ਪਹਿਲਾਂ ਆਪਣੀ ਮੇਨ ਸ਼ਿਫਟ ਲਾ ਜਾਂਦੀ ਹਾਂ। ਜਿਵੇਂ ਕਿ ਅੱਜ ਮੈਂ ਔਫਿਸ ਐਡਮਿਨ ਦੀ 8 ਘੰਟੇ ਦੀ ਸ਼ਿਫਟ ਲਾ ਗਈ, ਉਹ ਸੀਟਿੰਗ ਜੋਬ ਹੈ ਸੋ ਮੈਨੂੰ ਇੰਨਾ ਫਰਕ ਨਹੀਂ ਪੈਂਦਾ ਅਤੇ ਥਕਾਵਟ ਵੀ ਨਹੀਂ ਹੁੰਦੀ। ਸੋ ਉਸ ਤੋਂ ਬਾਅਦ ਮੈਂ ਇੱਥੇ ਪੇਂਟ ਦੀ ਸ਼ਿਫਟ ਲਾਉਣ ਆ ਗਈ। ਅਤੇ ਆਹ ਦੇਖੋ ਮੇਰੇ ਕੱਪੜੇ। ਸੋ ਮੈਂ ਕੱਪੜੇ ਚੇਂਜ ਕਰਕੇ, ਆਹ ਦੇਖੋ ਪੇਂਟ ਲੱਗਿਆ। ਕੱਪੜੇ ਚੇਂਜ ਕਰਨ ਤੋਂ ਬਾਅਦ ਫਿਰ ਮੈਂ ਉਰੇ ਪੇਂਟ ਦੀ ਸ਼ਿਫਟ ਲਾ ਲੈਂਦੀ ਹਾਂ, ਵਧੀਆ ਪੈਸੇ ਬਣ ਜਾਂਦੇ ਉਹਨੂੰ, ਆਹੀ ਪੈਸੇ ਕਮਾਉਣਾ ਤਾਂ ਫਿਰ। ਅਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਪੇਂਟ ਘਰਾਂ 'ਚ ਕਿੱਦਾਂ ਹੁੰਦਾ। ਸੋ ਜਿੱਦਾਂ ਕਿ ਤੁਸੀਂ ਸਾਰੇ ਮੈਨੂੰ ਮੈਸੇਜ ਕਰਕੇ ਪੁੱਛਦੇ ਹੋ ਕਿ ਅਸੀਂ ਇੰਡੀਆ ਤੋਂ ਕੀ ਕੰਮ ਸਿੱਖ ਕੇ ਆਈਏ, ਜੇ ਤੁਸੀਂ ਸਿੱਖ ਕੇ ਆਏ ਹੋ ਤਾਂ ਵੀ ਵਧੀਆ, ਜੇ ਤੁਸੀਂ ਨਹੀਂ ਵੀ ਸਿੱਖ ਕੇ ਆਏ ਤਾਂ ਤੁਸੀਂ ਇੱਥੇ ਆ ਕੇ ਕੁਛ ਸਕਿੱਲ ਲਵੋ, ਜਿਵੇਂ ਕਿ ਪੇਂਟਿੰਗ। ਪੇਂਟਿੰਗ ਘਰਾਂ 'ਚ ਪੇਂਟ ਕਰਨਾ ਇੱਕ ਇਹੋ ਜਿਹਾ ਸਕਿੱਲ ਹੈ ਕਿ ਤੁਸੀਂ ਬਹੁਤ ਈਜ਼ੀਲੀ ਸਿੱਖ ਵੀ ਸਕਦੇ ਹੋ ਅਤੇ ਬਹੁਤ ਵਧੀਆ ਪੈਸੇ ਵੀ ਕਮਾ ਸਕਦੇ ਹੋ। ਬਸ ਤੁਹਾਨੂੰ ਇਹਦੀ ਕੁਛ ਟੈਕਨੀਕ ਪਤਾ ਹੋਣੀ ਚਾਹੀਦੀ ਹੈ। ਐਸਾ ਬਿਗਨਰ ਤੁਹਾਨੂੰ ਕੁਛ ਚੀਜ਼ਾਂ ਪਤਾ ਹੋਣੀ ਚਾਹੀਦੀਆਂ, ਜਿਵੇਂ ਕਿ ਫਸਟ ਆਫ ਆਲ ਰੋਲ ਕੀ ਹੁੰਦਾ, ਟ੍ਰੇ ਕੀ ਹੁੰਦੀ ਹੈ, ਅਤੇ ਕਿੱਦਾਂ ਤੁਸੀਂ ਪੇਂਟ ਕਰਨਾ। ਪੇਂਟ ਕਰਨ ਦਾ ਸਿੰਪਲ ਜਿਹਾ ਫੰਡਾ ਕਿ ਆਹ ਟ੍ਰੇ ਹੈ ਅਤੇ ਆਹ ਰੋਲ ਹੈ। ਹੁਣ ਤੁਸੀਂ ਇੱਕ ਵਾਰ ਇੱਕ ਲਾਈਨ ਨਾਲ ਕਰਕੇ ਨਾਲ ਦੀ ਨਾਲ ਦੂਜੀ ਲਾਈਨ ਦੇ ਵਿੱਚ ਪੇਂਟ ਕਰਨਾ। ਦੇਖ ਰਹੇ ਹੋ ਕਿੱਦਾਂ ਦੋ ਲਾਈਨਾਂ ਹੋਈਆਂ ਨੇ। ਤੁਸੀਂ ਇੱਕ ਵਾਰ ਦੇ ਪੇਂਟ 'ਚ ਕੋਸ਼ਿਸ਼ ਕਰੋ ਕਿ ਸਿਰਫ ਦੋ ਲਾਈਨਾਂ ਹੀ ਕਵਰ ਕਰੋ। ਉਹਦੇ ਨਾਲ ਇਹ ਹੁੰਦਾ ਕਿ ਤੁਹਾਡੇ ਹੱਥ 'ਚ ਇੱਕ ਸਫਾਈ ਆਉਂਦੀ ਹੈ ਅਤੇ ਕੋਈ ਥਾਂ ਖਾਲੀ ਨਹੀਂ ਰਹਿੰਦੀ। ਸੋ ਤੁਸੀਂ ਐਸਾ ਬਿਗਨਰ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਦੋ ਲਾਈਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਸਕੋ। ਉਹਦੇ ਨਾਲ ਤੁਹਾਡਾ ਬਹੁਤ ਜਲਦੀ ਤੁਹਾਨੂੰ ਇਹ ਸਕਿੱਲ ਆਊਗਾ ਅਤੇ ਤੁਸੀਂ ਈਜ਼ੀ ਵੀ ਰਹੋਗੇ ਅਤੇ ਤੁਹਾਨੂੰ ਇਹ ਪਤਾ ਲੱਗੂਗਾ ਕਿ ਤੁਸੀਂ ਕਿਹੜਾ ਪੋਰਸ਼ਨ ਕਵਰ ਕਰ ਲਿਆ ਅਤੇ ਕਿਹੜਾ ਪੋਰਸ਼ਨ ਨਹੀਂ ਕਵਰ ਕਰਿਆ। ਕੋਸ਼ਿਸ਼ ਕਰੋ ਕਿ ਤੁਸੀਂ ਪਹਿਲਾਂ ਇੱਕ ਸਾਈਡ ਦਾ ਖਤਮ ਕਰਕੇ ਫਿਰ ਦੂਜੀ ਸਾਈਡ 'ਤੇ ਜਾਓ। ਇਹ ਨਾ ਹੋਵੇ ਕਿ ਤੁਸੀਂ ਮਤਲਬ ਟੇਢੀਆਂ ਮੇਢੀਆਂ ਲਾਈਨਾਂ ਮਾਰ ਰਹੇ ਹੋ। ਕੋਸ਼ਿਸ਼ ਇਹੀ ਕਰੋ ਕਿ ਤੁਸੀਂ ਇੱਕ ਸਾਈਡ ਦਾ ਸ਼ੁਰੂ ਕਰਕੇ ਦੂਜੀ ਸਾਈਡ ਦਾ ਕਰੋ ਸਟਾਰਟ। ਹੁਣ ਇਹ ਆਪਣੀ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਟ੍ਰੇ। ਇਹ ਟ੍ਰੇ ਹੁਣ ਕਿਸ ਕੰਮ ਆਉਂਦੀ ਹੈ, ਜਿਹੜਾ ਆਪਣਾ ਪੇਂਟ ਹੈ ਆਪਾਂ ਇਹਦੇ ਵਿੱਚ ਪੇਂਟ ਪਾਉਂਦੇ ਹਾਂ। ਅਤੇ ਆਹ ਦੂਸਰੀ ਆਪਣੀ ਚੀਜ਼ ਹੈਗੀ ਰੋਲਰ। ਇਹੀ ਮੇਨ ਚੀਜ਼ ਹੈ ਜਿਹਦੇ ਨਾਲ ਆਪਾਂ ਉਰੇ ਪੇਂਟ ਕਰਦੇ ਹਾਂ। ਉਰੇ ਬ੍ਰਸ਼ਿਸ ਦਾ ਇਸਤੇਮਾਲ ਹੁੰਦਾ, ਬਟ ਉਹ ਇਸਤੇਮਾਲ ਹੁੰਦੇ ਸਿਰਫ ਕਟਿੰਗ ਕਰਨ ਦੇ ਲਈ। ਇੱਥੇ ਮੇਨ ਜਿਹੜਾ ਇਸਤੇਮਾਲ ਹੁੰਦਾ ਉਹ ਹੁੰਦਾ ਆਪਣਾ ਇਹ ਰੋਲਰਸ ਦਾ। ਛੋਟੇ ਰੋਲ ਵੀ ਹੁੰਦੇ ਨੇ ਅਤੇ ਵੱਡੇ ਰੋਲ ਵੀ ਹੁੰਦੇ ਨੇ। ਇਹ ਵੱਡੇ ਰੋਲ ਯੂਜ਼ ਕੀਤੇ ਜਾਂਦੇ ਨੇ ਦੀਵਾਰਾਂ ਦੇ ਲਈ ਅਤੇ ਛੋਟੇ ਰੋਲ ਜਿਵੇਂ ਕਿ ਬਹੁਤ ਭੀੜੀ ਥਾਂ ਹੈ ਉਹਦੇ ਲਈ। ਜਦੋਂ ਆਪਾਂ ਪੇਂਟ ਕਰਦੇ ਹਾਂ ਨਾ ਤਾਂ ਨੀਚੇ ਐਵੇਂ ਦਾਗ ਪੈ ਜਾਂਦੇ ਨੇ, ਉਹਦੇ ਨਾਲ ਉਹ ਬਚਣ ਲਈ ਹਮੇਸ਼ਾ ਨਾ ਆ ਪੇਪਰ ਵਗੈਰਾ ਬਚਾ ਲੈਣੇ ਚਾਹੀਦੇ ਨੇ। ਸੋ ਜਿਹੜਾ ਵੀ ਬਿਗਨਰ ਹੈ ਜਿਹਨੂੰ ਇਹਨਾਂ ਨਹੀਂ ਪਤਾ ਹੁੰਦਾ ਅਤੇ ਉਹ ਇੱਦਾਂ ਪੇਪਰ ਬਚਾ ਲਏ ਤਾਂ ਕਿ ਨਾ ਇੱਦਾਂ ਦਾਗ ਨਾ ਪੈਣ, ਫਿਰ ਦਾਗ ਬਹੁਤ ਔਖੇ ਉਤਰਦੇ ਨੇ। ਅਤੇ ਜੇ ਕਿਸੇ ਨੇ ਕਲੀਨਿੰਗ ਕਰਵਾਉਣੀ ਹੁੰਦੀ ਹੈ ਤਾਂ ਫਿਰ ਉਹ ਵੀ ਵੱਧ ਪੈਸੇ ਚਾਰਜ ਕਰਦੇ ਨੇ, ਬਿਕੋਜ਼ ਇਹ ਦਾਗ ਈਜ਼ੀਲੀ ਨਹੀਂ ਨਿਕਲਦੇ। ਇਹ ਗਰਾਊਂਡ ਫਲੋਰ ਹੈ, ਆਪਾਂ ਇਹ ਪਹਿਲਾਂ ਡਨ ਕਰਤਾ ਸੀਗਾ। ਇਹਦੀ ਪੇਂਟਿੰਗ ਕਰਨ ਤੋਂ ਬਾਅਦ ਫਿਰ ਆਪਾਂ ਅਪਰ ਪੋਰਸ਼ਨ ਗਏ ਸੀਗੇ, ਫਿਰ ਉੱਥੇ ਆਪਾਂ ਪੇਂਟ ਕਰਨਾ ਸ਼ੁਰੂ ਕੀਤਾ। ਇਹਨੂੰ ਪੇਂਟ ਕਰਨ ਦਾ ਰੀਜ਼ਨ ਇਹ ਸੀ ਵੀ ਓਨਰ ਨੇ ਆ ਕੇ ਇੱਕ ਵਾਰ ਚੈੱਕ ਕਰਨਾ ਸੀ, ਇਹ ਨਵਾਂ ਘਰ ਹੈ ਵੈਸੇ। ਅਤੇ ਆਹ ਵਾਸ਼ਰੂਮ ਵੀ ਆਪਾਂ ਪਹਿਲਾਂ ਡਨ ਕਰਤਾ ਸੀਗਾ। ਇਹਨਾਂ ਨੇ ਇਹ ਨਵਾਂ ਘਰ ਪਰਚੇਜ਼ ਕੀਤਾ ਅਤੇ ਇਹਦੀ ਪੇਂਟਿੰਗ ਹੋਣ ਵਾਲੀ ਸੀਗੀ। ਸੋ ਆਪਾਂ ਪੇਂਟ ਸਾਰਾ ਡਨ ਕਰਤਾ
ਅਤੇ ਇਹਦੀ ਵੀ ਸਾਰੀ ਵੋਲਸ ਵਗੈਰਾ ਵੈਸੇ ਡਨ ਹੈ, ਆਓ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖੋ ਇਹਦੀ ਲੁੱਕ ਕੁਛ ਇੱਦਾਂ ਦੀ ਆ ਰਹੀ ਹੈ ਇਹਨੂੰ ਪੇਂਟ ਵੇਂਟ ਕਰਕੇ। ਵੈਸੇ ਵਾਸ਼ਰੂਮ ਹੈ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ, ਲਗਜ਼ਰੀਅਸ ਸੀਗਾ ਪੂਰਾ। ਤੁਹਾਨੂੰ ਸ਼ਾਇਦ ਕੈਮਰੇ ਦੇ ਵਿੱਚ ਉਹ ਲੁੱਕ ਨਾ ਆਵੇ ਜੋ ਲਾਈਵ ਆਉਂਦੀ ਹੈ, ਮੇ ਬੀ ਰਾਤ ਹੈ ਤਾਂ ਉਹ ਗੱਲਬਾਤ ਨਹੀਂ ਲੱਗ ਰਹੀ ਕੈਮਰੇ ਦੇ ਵਿੱਚ। ਅਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਣਾ ਚਾਹੂੰਗੀ, ਜਿਹੜਾ ਆਪਾਂ ਪੇਂਟ ਕਰਦੇ ਹਾਂ ਉਹ ਇਹ ਡਿਪੈਂਡ ਕਰਦਾ ਕਿ ਆਪਾਂ ਅਗਰ ਨੀਚੇ ਪੇਂਟ ਹੋਇਆ ਪਿਆ, ਅਗਰ ਜ਼ਿਆਦਾ ਡਾਰਕ ਪੇਂਟ ਹੋਇਆ ਤਾਂ ਆਪਾਂ ਉਹਨੂੰ ਕਵਰ ਕਰਨ ਲਈ 2 ਤੋਂ 3 ਵਾਰ ਉੱਪਰ ਕੋਟਿੰਗ ਕਰਦੇ ਹਾਂ, ਨਹੀਂ ਤਾਂ 2 ਵਾਰ ਦੀ ਕੋਟਿੰਗ 'ਚ ਕੰਮ ਸਰ ਜਾਂਦਾ। ਇੱਕ ਹੋਰ ਚੀਜ਼ ਹੈ ਜਿਹਦੇ ਵੱਲ ਤੁਸੀਂ ਧਿਆਨ ਦੇਣਾ, ਉਹ ਚੀਜ਼ ਹੈਗੀ ਹੈ ਕਿ ਜਦ ਤੁਸੀਂ ਪੇਂਟ ਕਰਨਾ ਤਾਂ ਧਿਆਨ ਦੇਵੋ ਕਿ ਤੁਹਾਡਾ ਜਿਹੜਾ ਰੋਲ ਹੈ ਉਹ ਛੱਤ ਨੂੰ ਟੱਚ ਨਾ ਕਰੇ। ਉਹਦਾ ਰੀਜ਼ਨ ਇਹ ਹੈ ਕਿ ਛੱਤ ਜਿਹੜੀ ਹੈ ਆਪਣੀ ਹੋਰ ਕਲਰ ਦੀ ਹੁੰਦੀ ਹੈ ਅਤੇ ਆਪਾਂ ਪੇਂਟ ਹੋਰ ਕਲਰ ਦਾ ਕਰਦੇ ਹਾਂ। ਮੇਨਲੀ ਜਿਹੜੀ ਆਪਣੀ ਛੱਤ ਹੈ ਉਹ ਵਾਈਟ ਕਲਰ ਦੀ ਹੀ ਰੱਖਦੇ ਨੇ ਇੱਥੇ ਲੋਕ, ਅਤੇ ਜਦ ਆਪਾਂ ਪੇਂਟ ਕਿਸੇ ਹੋਰ ਰੰਗ ਦਾ ਕਰਦੇ ਹਾਂ ਤਾਂ ਉੱਪਰ ਲੱਗ ਜਾਵੇ ਤਾਂ ਉਹ ਬਹੁਤ ਸਾਫ਼ ਸਾਫ਼ ਅਤੇ ਕਲੀਅਰਲੀ ਦਿਖਦੀ ਹੈ। ਸੋ ਐਸਾ ਬਿਗਨਰ ਤੁਸੀਂ ਉਹਨਾਂ ਕੇਰੀਆ ਛੱਡ ਦਿਓ ਅਤੇ ਕਿਸੇ ਐਕਸਪਰਟ ਤੋਂ ਕਟਿੰਗ ਕਰਾ ਲਓ, ਜੇ ਤੁਹਾਨੂੰ ਕਟਿੰਗ ਆਉਂਦੀ ਹੈ ਤਾਂ ਐਂਡ 'ਚ ਕਟਿੰਗ ਕਰਕੇ ਡਨ ਕਰ ਦਿਓ। ਹੁਣ ਇਹ ਜੋਬ ਦੀ ਸਭ ਤੋਂ ਵਧੀਆ ਗੱਲ ਦੱਸੀਏ ਤਾਂ ਇਹਦੀ ਖਾਸੀਅਤ ਇਹ ਹੈ ਕਿ 9B ਦੀ ਜੋਬ ਹੈ, ਜੋ ਕਿ ਤੁਹਾਡੇ PR ਦੇ ਵਿੱਚ ਵੀ ਤੁਹਾਡੀ ਹੈਲਪ ਕਰੂਗੀ। ਅਤੇ ਇੱਕ ਸਕਿੱਲ ਜੋਬ ਹੈ, ਸਕਿੱਲ ਜੋਬ ਦਾ ਇਹ ਹੈ ਕਿ ਤੁਸੀਂ ਕੱਲ੍ਹ ਨੂੰ ਆਪਦਾ ਬਿਜ਼ਨਸ ਕਰ ਸਕਦੇ ਹੋ। ਜੇ ਤੁਸੀਂ ਤੁਹਾਨੂੰ ਵਧੀਆ ਪੇਂਟ ਨਹੀਂ ਵੀ ਆਉਂਦਾ ਤਾਂ ਤੁਸੀਂ ਇੱਕ ਪੇਂਟਰ ਹੈਲਪਰ ਲੱਗ ਸਕਦੇ ਹੋ, ਜੋ ਕਿ ਤੁਹਾਨੂੰ ਬਹੁਤ ਬੇਸਿਕ ਚੀਜ਼ਾਂ ਵੀ ਆਉਂਦੀਆਂ ਨੇ, ਜਿਵੇਂ ਤੁਹਾਨੂੰ ਵੀਡੀਓ 'ਚ ਮੈਂ ਨੋਰਮਲ ਮੇਨ ਗੱਲਾਂ ਦੱਸਦੀ ਹਾਂ। ਜੇ ਤੁਹਾਨੂੰ ਇੰਨਾ ਵੀ ਆਉਂਦਾ, ਜੇ ਤੁਸੀਂ ਕੌਨਫੀਡੈਂਟ ਹੋ ਤਾਂ ਤੁਸੀਂ ਪੇਂਟਰ ਹੈਲਪਰ ਦੀ ਜੋਬ ਕਰ ਸਕਦੇ ਹੋ। ਅਤੇ ਜੇ ਇਹਦੀ ਆਪਾਂ ਸੈਲਰੀ ਦੀ ਗੱਲ ਕਰੀਏ, ਇਹਦੀ ਸੈਲਰੀ ਆਪਾਂ ਨੂੰ ਸਟਾਰਟਿੰਗ $15 ਤੋਂ ਵੀ ਹੋ ਸਕਦੀ ਹੈ, ਪਰ ਤੁਸੀਂ ਥੋੜ੍ਹੇ ਜਿਹੇ ਐਡਵਾਂਸ ਹੋ ਤਾਂ ਤੁਹਾਨੂੰ 24-25 ਮਿਲਣ ਲੱਗੇ, ਟਾਈਮ ਨਹੀਂ ਲੱਗਣਾ। ਅਤੇ ਜੇ ਤੁਸੀਂ ਇੱਕਦਮ ਐਕਸਪਰਟ ਹੋ ਜਾਂਦੇ ਹੋ ਤਾਂ $45-50 ਕਿਤੇ ਨਹੀਂ ਗਏ, $45-50 ਆਰਾਮ ਨਾਲ ਮਿਲਦੇ ਨੇ ਕੰਪਨੀਆਂ ਦੇ ਵਿੱਚ। ਸੋ ਜੇ ਵੇਅਰ ਹਾਊਸ ਅਤੇ ਫੈਕਟਰੀਆਂ ਦੇ ਆਪਾਂ ਧੱਕੇ ਨਾ ਖਾ ਕੇ ਕੋਈ ਸਕਿੱਲ ਜੋਬ ਸਿੱਖੀਏ ਤਾਂ ਉਹਦਾ ਬਹੁਤ ਬੈਨੀਫਿਟ ਹੈ। ਉਹਦਾ ਬੈਨੀਫਿਟ ਇਹ ਹੈ ਕਿ ਤੁਸੀਂ ਕੱਲ੍ਹ ਨੂੰ ਆਪਣਾ ਕੰਮ ਕਰਨ ਜੋਗੇ ਹੋਵੋਗੇ, ਨਾ ਕਿ ਜੇ ਤੁਸੀਂ ਫੈਕਟਰੀਆਂ ਅਤੇ ਵੇਅਰ ਹਾਊਸਾਂ 'ਚ ਲੱਗੋਗੇ ਕਦੇ ਤੁਸੀਂ ਕੋਈ ਸਕਿੱਲ ਸਿੱਖ ਨਹੀਂ ਪਾਓਗੇ। ਕੁੜੀਆਂ ਇਹ ਸਕਿੱਲ ਆਪਣੇ ਆਪ 'ਚ ਲਿਆ ਸਕਦੀਆਂ ਨੇ, ਪੇਂਟ ਕਰਨਾ ਇੰਨਾ ਔਖਾ ਨਹੀਂ ਹੈਗਾ ਘਰਾਂ ਦੇ ਵਿੱਚ। ਜ਼ਰੂਰੀ ਨਹੀਂ ਕਿ ਹਰ ਥਾਂ 'ਤੇ ਮੁੰਡੇ ਹੀ ਉਹ ਚੀਜ਼ਾਂ ਕਰਨ, ਤੁਸੀਂ ਵੀ ਵਧੀਆ ਪੈਸੇ ਕਮਾ ਸਕਦੇ ਹੋ। ਫਿਰ ਵੀ ਜੇ ਤੁਹਾਨੂੰ, ਮੈਂ ਵੀ ਪੇਂਟ ਇੰਨਾ ਜਾਣਦੀ ਨਹੀਂ ਸੀ, ਬਟ ਮੈਨੂੰ ਕਿਸੇ ਨੇ ਔਫਰ ਕੀਤਾ ਕਿ ਵੀ ਤੁਸੀਂ ਜੇ ਪੇਂਟ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਜੋਬ ਹੈਗੀ ਆ। ਸੋ ਮੈਂ 1 ਸ਼ਿਫਟ ਲਾਈ, 2 ਸ਼ਿਫਟ ਲਾਈ, ਉਹਨਾਂ ਨੂੰ ਮੇਰਾ ਕੰਮ ਪਸੰਦ ਆਇਆ। ਸੋ ਮੈਂ ਉਵੇਂ ਹੀ ਵਾਰ ਵਾਰ ਹੁਣ ਜਿਵੇਂ ਮੈਨੂੰ ਟਾਈਮ ਲੱਗਦਾ ਮੈਂ ਪਾਰਟ ਟਾਈਮ ਪੇਂਟ ਦੀ ਸ਼ਿਫਟ ਲਾ ਦਿੰਦੀ ਹਾਂ। ਸੋ ਤੁਸੀਂ ਮੈਨੂੰ ਪੇਂਟਰ ਵੀ ਕਹਿ ਸਕਦੇ ਹੋ, ਲਾਸਟ ਟਾਈਮ ਮੈਂ ਬੇਕਰ ਸੀ, ਇਸ ਵਾਰ ਮੈਂ ਪੇਂਟਰ ਹਾਂ। ਬੇਸਿਕਲੀ ਆਪਾਂ ਇੱਥੇ ਪੰਜਾਬ ਦੇ ਚੰਨੀ ਬਣੇ ਹੋਏ ਆ। ਜੇ ਤੁਸੀਂ ਮੇਰੇ 'ਤੇ ਮੰਜਾ ਬਣਵਾ ਕੇ ਦੇਖੋ ਤਾਂ ਮੇਰੇ ਬਰਾਬਰ ਬੁਣ ਕੇ ਦਿਖਾਵੇ ਮੰਜਾ ਕੋਈ, ਲੈ ਮੈਂ ਨੌਕੜੀਆ ਚੌਕੜੀਆ ਜਿਹੜਾ ਮਰਜ਼ੀ ਮੰਜਾ ਬਣਾ ਲਓ, ਦੌਣ ਕਿਸੇ ਨੂੰ ਪਤਾ ਹੀ ਨਹੀਂ ਕਿਵੇਂ ਪਾਈ ਦੀ ਹੈ, ਕਿਵੇਂ ਮੰਜਾ ਬੁਣੀ ਦਾ। ਨਾਗਵਾਲ ਮੈਨੂੰ ਪਾਉਣਾ ਆਉਂਦਾ, ਮੇਰੇ ਨਾਲ ਬਰਸੀਨ ਵੱਢ ਕੇ ਦੇਖ ਲਵੇ ਜਿਹਦੇ ਦੇਖਣੀ ਹੈ, ਮੇਰੇ ਨਾਲ ਕਣਕ ਦਾ ਕਿਆਰਾ ਲਾ ਕੇ ਦੇਖ ਲਵੇ, ਮੇਰੇ ਨਾਲ ਚਰੀ ਵੱਢ ਕੇ ਦੇਖ ਲਵੇ, ਮੇਰੇ ਨਾਲ ਟੋਕਾ ਕਰੋ, ਮੇਰੇ ਨਾਲ ਧਾਰਾਂ ਚੋ। ਆਪਾਂ ਇੱਥੇ ਹਰ ਇੱਕ ਚੀਜ਼ ਜਾਣਦੇ ਹਾਂ, ਆਪਾਂ ਇੱਥੇ ਪੇਂਟਰ ਵੀ ਹਾਂ, ਬੇਕਰ ਵੀ ਹਾਂ, ਇੱਕ ਆਫਿਸ ਪਰਸਨ ਵੀ ਹਾਂ, ਅਤੇ ਨਾਲ ਦੀ ਨਾਲ ਆਪਾਂ ਦਿਹਾੜੀ ਵੀ ਕਰਦੇ ਹਾਂ। ਸੋ ਇਹ 'ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ, ਆਪਾਂ ਹਰ ਕੰਮ ਕਰਨਾ ਉਹ ਕੰਮ ਕਰਨਾ ਜਿਹਦੇ ਵਿੱਚ ਆਪਾਂ ਨੂੰ ਪੈਸੇ ਮਿਲਦੇ ਨੇ, ਇਹ 'ਚ ਕੋਈ ਸ਼ਰਮ ਦੀ ਗੱਲ ਨਹੀਂ। ਮੈਂ ਆਫਿਸ ਐਡਮਿਨ ਵੀ ਹਾਂ, ਆਫਿਸ ਦੀ ਜੋਬ ਵੀ ਕਰਦੀ ਹਾਂ, ਅਤੇ ਨਾਲ ਦੀ ਨਾਲ ਮੈਂ ਘਰਾਂ 'ਚ ਪੇਂਟ ਵੀ ਕਰਦੀ ਹਾਂ। ਆਪਾਂ ਜਦ ਆਹੀ ਪੈਸੇ ਕਮਾਉਣਾ, ਕਿਸੇ ਦਿਨ ਤੁਹਾਨੂੰ ਆਫਿਸ ਐਡਮਿਨ ਦਾ ਕੰਮ ਵੀ ਦਿਖਾਉਂਗੀ। ਸੋ ਬਾਏ। ਮੇਰੇ ਕੱਪੜੇ, ਆਹੀ ਬੈਗ ਮੈਂ ਆਫਿਸ ਲੈ ਕੇ ਗਈ ਸੀ ਅਤੇ ਇਹਦੇ ਵਿੱਚ ਮੈਂ ਆਪਣੇ ਕੱਪੜੇ ਪਾ ਲਏ ਸੀਗੇ। ਹੁਣ ਇਹਦੇ ਵਿੱਚ ਮੇਰੀ ਜੀਨ ਵੈਸੇ ਪ੍ਰੋਪਰਲੀ ਆ ਨਹੀਂ ਰਹੀ, ਸੋ ਬੈਗ ਭਾਰੀ ਹੋ ਗਿਆ। ਰਾਤ ਦਾ ਵੱਜਿਆ 1 ਅਤੇ ਹੁਣ ਆਪਾਂ ਆ ਗਏ ਘਰ। ਪਹਿਲਾਂ ਆਪਾਂ ਲਾਏ ਬੂਟ ਅਤੇ ਹੁਣ ਦੇਖਦੇ ਹਾਂ ਘਰ ਵਾਲਾ ਕੀ ਕਰਦਾ ਮੇਰਾ। ਓਵਰ ਐਕਟਰ ਕੀ ਕਰਦਾ, ਕੁਛ ਨਹੀਂ, ਸਬਜ਼ੀ ਖਾ ਲਈ। ਆ ਦੇਖਿਓ ਮੈਂ ਬੈਗ 'ਚ ਕਿਵੇਂ ਕੱਪੜੇ ਥੁੰਨੇ ਨੇ, ਲੱਗਦਾ ਇਹ ਲੂਈ ਵਟਾਉਣ ਦੀ ਬੇਇੱਜ਼ਤੀ। ਕੀ ਬਣਾਇਆ ਮੋਟੇ? ਮੇਰੀ ਫੇਵਰਟ। ਚਲ ਮੈਂ ਰੋਟੀ ਬਣਾ ਦਿੰਦੀ ਹਾਂ। ਫਾਇਦਾ ਕੈਨੇਡਾ 'ਚ ਘਰ ਵਾਲਾ ਹੋਣ ਦਾ, 2-2 ਸ਼ਿਫਟ ਲਾਉਣ ਤੋਂ ਬਾਅਦ ਸਬਜ਼ੀ ਮਿਲ ਜਾਂਦੀ, ਰੋਟੀ ਤਾਂ ਖੈਰ ਆਪ ਹੀ ਬਣਾਉਣੀ ਪੈਂਦੀ ਆ। ਹੈ ਪਨੀਰ ਚੈੱਕ ਕਰ, ਦੱਸ ਕਿੱਦਾਂ ਬਣਾਈ ਸਬਜ਼ੀ ਫਿਰ ਅੱਜ ਹੱਥਾਂ ਨਾਲ।